ਮੇਲਾ ਬਲਖਾਵੇ ਕਾਲੀ ਲੂੰਕੜੀ ਰੂਣੇ ਚ ਮੇਲੇ ਮੈਂ ਰੂਣੇ ਚ ਮੇਲੇ ਮੇਰੇ ਬਾਬਾ ਗੇ ਮੇਲੇ ਮੈਂ ਘੁੰਮਰ ਗੱਲ ਕਾਲੀ ਲੂੰਕੜੀ ਰੂਣੇ ਚ ਮੇਲੇ ਮੈਂ। ਤਾਂ ਲਓ ਜੀ ਇਸੇ ਦੇ ਨਾਲ ਹੀ ਵੀਡੀਓ ਹੋ ਗਿਆ ਸ਼ੁਰੂ। ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ ਅਤੇ ਪੁਰਾਣੇ ਨਵੇਂ ਸਾਰੇ ਵੀਡੀਓ ਦੇਖਿਓ ਫੁੱਲ, ਕਿਉਂਕਿ ਅੱਜ ਅਸੀਂ ਚੱਲੇ ਹਾਂ ਮੇਲੇ 'ਤੇ। ਮੇਲੇ ਦਾ ਬਣਾਵਾਂਗੇ ਫੁੱਲ ਵੀਡੀਓ। ਹਾਂ ਮੇਲੇ ਦਾ ਫੁੱਲ ਵੀਡੀਓ ਆਊਗਾ ਅਤੇ ਵੇਖਿਓ ਅਤੇ ਵੀਡੀਓ 'ਚ ਬਣੇ ਰਹੇ ਹੋ ਲਾਸਟ ਤੱਕ। ਅਤੇ ਹੁਣ ਅਸੀਂ ਚੱਲੇ ਹਾਂ ਲੋ ਵੀ ਹੋ ਗਏ ਤਿਆਰ ਅਸੀਂ ਮੇਲੇ ਤੇ ਜਾਣ ਨੂੰ ਤੇ ਮੇਰੇ ਬੂਟ ਵੀ ਆਈ ਜਸ਼ਨ ਚੱਕ ਕੇ। ਹਾਂ ਤਾਂ ਜਸ਼ਨ ਵੀ ਤਿਆਰ ਹੈ। ਜਸ਼ਨ ਇੱਧਰ ਵੇਖ ਵੇਖ ਕਿਵੇਂ ਕਰਦਾ ਲੱਛਣ ਆਹ ਦੇਖੋ। ਹਾਂ ਲਗਨੀ ਵੀ ਤਿਆਰ ਹੋ ਗਈ। ਪਰੀ ਰਹੂਗੀ ਘਰੇ, ਪਰੀ ਨੂੰ ਲੈ ਕੇ ਜਾਂਦੇ ਬੋਕਣੀ ਹੈ ਬਣ ਬੋਕਦੀ ਹੈ ਹਨਾ। ਹਾਂ ਬਹੁਤ ਵਧੀਆ ਉੱਥੇ ਵੀ। ਜੈ ਬਾਬੇ ਦੀ। ਮੈਂ ਵੀ ਚੱਲ ਰਹੀ ਹੈ ਸੰਗਤ ਬਾਬੇ ਦੀ ਜਸ਼ਨ ਅੱਪੂ ਲਗਨੀ ਲਗਨੀ ਦਾ ਪਾਪਾ ਅਤੇ ਮੈਂ ਇੰਨੇ ਜਣੇ ਚੱਲ ਰਹੇ ਹਾਂ। ਪਰੀ ਘਰੇ ਰਹਿ ਦੀ ਰੁਮਾਲ ਲਿਆਂਦਾ ਹੈ ਕਿਹਦਾ? ਠੀਕ ਆ, ਪੈਪ ਟੁੱਟ ਗਿਆ ਇਸ ਜਗ੍ਹਾ ਤੋਂ। ਤੇ ਉਹ ਆਪਦਾ ਸਾਧਨ ਆਉਂਦਾ ਹੋਊਗਾ। ਹਾਂ ਆਏ ਨੂੰ ਜਾਂਦੀ ਹੈ ਸੂਰਤਗੜ੍ਹ ਰੋਡ ਅਤੇ ਆਏ ਨੂੰ ਜਾਂਦੀ ਹੈ ਗੰਗਾਨਗਰ ਰੋਡ ਅਤੇ ਅਸੀਂ ਸਾਰੇ ਖੜ੍ਹ ਗਏ ਬੱਸ ਅੱਡੇ ਕੋਲ ਆ ਕੇ। Thank you.
ਨੇਤੇ ਵਾਲਾ ਆ ਗਿਆ, ਨੇਤੇ ਵਾਲਾ ਉਹ ਵੀ ਆ ਗਿਆ ਗੰਗਾਨਗਰ। ਸਭ ਤੋਂ ਗਰਮ ਸ਼ਹਿਰ ਗੰਗਾਨਗਰ। ਬੱਸ 'ਚ ਵੀਡੀਓ ਬਣਦਾ ਨਹੀਂ ਚੰਗੀ ਤਰ੍ਹਾਂ, ਉਤਰ ਕੇ ਬਣਾਵਾਂਗੇ। ਲੈ ਵੀ ਆਹ ਸਾਡੇ ਗੰਗਾਨਗਰ 'ਚ ਹਨੂੰਮਾਨ ਜੀ ਦੀ ਮੂਰਤੀ, ਜਿਹੜੀ ਸਭ ਤੋਂ ਵੱਡੀ। ਫੜ ਲੈ ਵੀ ਆ ਗਏ ਮੇਲੇ 'ਚ। ਫੜ ਕੇ ਰੱਖੀ ਬਾਈ, ਅੱਪੂ ਦਾ ਹੱਥ ਫੜ ਲਈ, ਇੱਧਰੋਂ ਮੇਰਾ ਸ਼ੋਲ ਫੜ ਲੈ। ਮੇਰੇ ਫੜ ਲੈ ਚੱਕਾ, ਚੱਕਾ ਫੜ ਲੈ, ਕੱਸ ਕੇ ਰੁਲ ਜਾਏਗਾ।
ਆਂਟੀ ਜੀ ਤੇ ਫੇਰ ਹੀ ਬਣਾਏ ਲਿਆਉਂਦਾ, ਤੇਰੇ ਕੋਲ ਬਣਾਉ ਮੈਂ ਮਿੰਦਰ ਕੀ ਬਣਾਉ, ਇਹ ਤਾਂ ਸਾਰੀ ਜਨਤਾ ਕੀ ਬਣਾਗੀ, ਤੂੰ ਇਕੱਠਾ ਕੀ ਮੈਂ ਇਕੱਠਾ ਕੀ।
ਚਲੋ ਚਲੋ ਆਜੋ, ਪ੍ਰਸ਼ਾਦ ਲੈਣ ਵਾਸਤੇ ਲੈਣ 'ਚ ਲੱਗ ਗਏ। ਉਹ ਜਗ੍ਹਾ ਤੱਕਰ ਜਾਣਾ, ਐਂ ਪ੍ਰਸ਼ਾਦ ਫੜਦੇ ਜਾਂਦੇ ਆ ਅਤੇ ਗਾਂਹ ਗਾਂਹ ਤੁਰੇ ਜਾਂਦੇ ਆ। ਕੈਮਰਾ ਚੱਲਦਾ ਰਹਿ ਗਿਆ, ਇੱਕ ਲੈ ਲਿਆ ਚਿਮਟਾ ਅਤੇ ਇੱਕ ਲੈ ਲਈ ਮੱਧਣੀ, ਚਿਮਟਾ ਆਪੂ ਨੂੰ ਫੜਾਤਾ। ਨਗਰ ਦਾ ਮੇਲਾ, ਚੱਲ ਪੈ ਹੁਣ ਬੈਠੀ ਕੀ ਕਰਦੀਆਂ ਭੈਣੇ, ਲੇਟ ਹੁੰਦੇ ਕੁਛ ਨਹੀਂ, ਉਹ ਚੱਲਦੀ ਬੈਠੀ ਹੈ ਠਾਠ ਨੂੰ। ਮੈਂ ਵੀ ਆ ਗਏ ਮੇਲਾ ਦੇਖ ਕੇ ਅਤੇ ਗਣੇਸ਼ਗੜ੍ਹ ਅੱਡੇ ਤੋਂ ਉੱਤਰ ਗਏ। ਹੁਣ ਆਊਗੀ ਸਾਡੀ ਸਕੂਟਰੀ, ਕੀ ਆਊਗੀ? ਸਕੂਟਰੀ, ਸਕੂਟਰੀ 'ਤੇ ਚੜਾਂਗੇ ਫਿਰ ਅਸੀਂ, ਹੈ ਨਾ? ਵੀ ਆ ਗਈ ਸਕੂਟਰੀ, ਮੁੜ ਗਈ ਮੁੜ ਗਈ ਮੁੜ ਗਈ, ਚੜੋ ਚੜੋ ਚੜੋ। ਆਏ ਬੇਬਲੀ ਆਦੀ ਮੰਮੀ, ਲਓ ਵੀ ਅੱਜ ਸਾਡੇ ਕੜਾਹੀ ਕਰਨੀ ਹੈ,
ਦਸਵੀਂ ਦੀ ਦੇਗ ਅੰਦਰ ਬਾਲ ਖਰੀ ਕੋ ਅੱਗ, ਅੰਦਰ ਵਾਲੀਆਂ ਛੱਟੀਆਂ ਪਈਆਂ ਰਹਿਣੀਆਂ, ਬਾਹਰ ਅੱਗ ਮੱਚ ਜੂਗੀ। ਅੰਦਰ ਬਾਲ ਬਾਹਰ ਪੰਬੜੁੱਕਾ ਜਾਂ ਬਾਹਰ ਨੂੰ ਅੱਗ ਖਿਲਰ ਜੂਗੀ ਸਾਰੀ। ਮੈਂ ਵੀ ਮੰਨਤ ਮਾਂਜੀ ਜਾਂਦੀ ਭਾਂਡੇ ਤੇ ਰਿੰਕੂ ਬਾਲ ਦਾ ਅੱਗ, ਮੈਂ ਥੱਕੀ ਆਈ ਹਾਂ। ਲਗਨੀ ਲਈ ਆ ਦੋ ਛਣਕਣੇ, ਇੱਕ ਪਰੀ ਦਾ, ਆਹ ਦੇਖੋ ਆਹ ਪਰੀ ਦਾ, ਹਾਂ ਆ ਤੇਰਾ, ਆਹ ਪਰੀ ਦਾ ਦੇਖੋ, ਪਰੀ ਦਿਖਾਉਂਦੀ। ਜਦੋਂ ਜਵਾਕ ਵੱਡੇ ਹੋ ਗਏ ਉਦੋਂ ਹੀ ਆ ਛਣਕਣੇ ਉਹਨੂੰ ਹਟ ਜਾਣਗੇ। ਬੋਲ ਕਿੱਥੇ ਬਾਈ ਤੇਰੀ, ਦਿਖਾ ਟੈਕਟਰ ਟਰਾਲੀ, ਬਾਈ ਦਾ ਟੈਕਟਰ ਟਰਾਲੀ। ਲੈ ਵੀ ਚੱਲ ਪਿਆ ਦੇਸੀ ਗੈਸ, ਯਾਨੀ ਕਿ ਚੁੱਲ੍ਹਾ ਜਗ ਗਿਆ, ਅਤੇ ਚੁੱਲ੍ਹੇ 'ਤੇ ਹੀ ਅਸੀਂ ਦੇਗ ਬਣਾਉਂਦੇ ਹਾਂ ਦਸਵੀਂ ਵਾਲੇ ਦਿਨ। ਸਾਫ਼ ਸਫਾਈ ਕਰ ਲਈ, ਆ ਪਏ ਬਰਤਨ ਤਿਆਰ ਕਰਿਆ, ਲਿਆਂਦਾ ਪਾਣੀ, ਇਹ ਸੇਵਾ ਕਰਕੇ ਗਿਆ ਰਿੰਕੂ ਥੋੜ੍ਹੀ ਜਿਹੀ, ਪਾਣੀ ਪੂਣੀ ਲਿਆ ਕੇ ਮੈਂ ਆਈ ਹਾਂ ਥੱਕ ਕੇ। ਹੁਣ ਮੈਂ ਆ ਕੇ ਅਤੇ ਨਹਾ ਕੇ ਆਈ ਹਾਂ ਥੋੜ੍ਹਾ ਜਿਹਾ, ਅਤੇ ਮੈਂ ਸੋਚਦੀ ਥੋੜ੍ਹੇ ਜਿਹੇ ਗੋਹੇ ਬਣ ਜਾਣ, ਫਿਰ ਮੈਂ ਲੱਗਾਂ ਦੇਗ ਬਣਾਉਣ। ਅਤੇ ਘਿਓ ਵਾਲਾ ਡੱਬਾ ਪਿਆ ਰਿੰਕੂ, ਪੂਜਾ ਕਰ, ਵੱਡਾ ਜਿਹਾ ਭਾਰਾ ਜਿਹਾ ਹੋਊਗਾ, ਇੱਕ ਹੌਲਾ ਜਿਹਾ ਉਹਨਾਂ ਚੱਕ ਕੇ ਦੇ, ਉਹ 'ਚ ਫਿਰ ਪੂਰਾ ਨਹੀਂ ਹੁੰਦਾ ਘਿਓ। ਭਾਈ ਰੱਖਿਆ ਇਹਨੂੰ, ਆ ਟਰਾਲੀ ਟਰੈਕਟਰ ਜੀ ਨੂੰ ਰੱਖਿਆ ਇੱਕ ਵਾਰੀ, ਹਾਂ ਲਓ ਵੀ ਦੇਗ ਬਣਨ ਜਾ ਰਹੀ ਹੈ। ਦਿਨ ਗਿਆ ਅੱਜ ਸ਼ਿਪ, 6:30 ਹੋ ਗਏ, ਮੇਲੇ ਤੇ ਗਏ ਸੀ, ਮੇਲੇ ਤੇ ਗਏ ਸੀ, ਲੇਟ ਹੋ ਗਏ ਅੱਜ। ਮੈਂ ਵੀ ਆ ਗਈ ਬਾਬੇ ਦੀ ਜੋਤ, ਅਤੇ ਰਿੰਕੂ ਵੰਡੀ ਜਾਂਦਾ ਕੜਾ ਪ੍ਰਸ਼ਾਦ ਦੇਗ। ਲੈ ਮਿਲ ਗਿਆ ਗੱਫਾ, ਇੱਕਦਮ ਹੋ ਗਿਆ ਕੁੱਪ ਹਨੇਰਾ, ਅਤੇ ਅਸੀਂ ਦੇਖ ਕਰਤੀ ਜੋਤ ਬੱਤੀ ਸਭ, ਅਤੇ ਬਾਬੇ ਚੜ੍ਹਾਤੀ ਦੇਗ। ਹੁਣ ਇਸ ਵੀਡੀਓ ਨੂੰ ਐਂਡ ਕਰਨ ਦੀ ਆ ਗਈ ਵਾਰੀ, ਲਾਈਕ ਸ਼ੇਅਰ ਕਮੈਂਟ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਹੋ, ਅਤੇ ਪੁਰਾਣੇ ਨਵੇਂ ਸਾਰੇ ਕਰਿਓ ਕਮੈਂਟ, ਅਤੇ ਅੱਜ ਦੀ ਮੰਨਿਓ ਰਾਮ ਰਾਮ, ਕੱਲ੍ਹ ਨੂੰ ਮਿਲਾਂਗੇ ਇੱਕ ਨਵੇਂ ਵੀਡੀਓ ਨਵੀਂ ਸੁਬਹ ਦੇ ਨਾਲ, ਅੱਜ ਤਾਂ ਪਏ ਥੱਕੇ, ਬਾਏ ਬਾਏ।